ਸਤਿਗੁਰਾਂ ਦੀ ਗੋਦ ਵਿੱਚ ਬੈਠਣ ਦਾ ਸਮਾਂ, ਉਸ ਮਾਲਕ ਦੇ ਗੁਣ ਗਾਉਣ ਦਾ ਸਮਾਂ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੱਜ ਸਾਧ ਸੰਗਤ ਦਿਹਾੜਾ ਹੈ, ਦਸਵੀਂ ਦਾ ਦਿਹਾੜਾ ਹੈ, ਕਿਉਂਕਿ ਇੱਕ ਘੰਟਾ 12 ਵਜੇ ਤੱਕ ਸਤਿਗੁਰੂ ਦੀ ਗੋਦ ਵਿੱਚ ਆਪਾਂ ਨੇ ਬੈਠ ਕੇ ਬਾਣੀਆਂ ਕਹਾਣੀਆਂ ਖੁਦ ਸਪੁੱਤ ਪ੍ਰੇਮ ਸਾਡੇ ਸਤਿਕਾਰਯੋਗ ਉਹਨਾਂ ਨੇ ਵੀ ਸਾਤੋਂ ਬਾਅਦ ਆਪਣੇ ਅੰਮ੍ਰਿਤ ਭਰੇ ਵਚਨ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਲਏ। ਗੁਰੂ ਸਾਧੂ ਮਹਾਂਪੁਰਸ਼, ਕਿਉਂਕਿ ਇਹ ਮਾਨ ਸਰੋਵਰ ਬਣਿਆ, ਸੱਚਖੰਡ ਵਾਸੀ ਸਾਡੇ
ਮਹਾਨ ਸਤਿਕਾਰ ਜੋ ਬੜੇ ਹੀ ਸ਼ਾਂਤੀ ਦੇ ਪੁੱਲ ਮਿੱਠ ਬੋਲੜੇ ਸੰਤ ਬਾਬਾ ਜਗਤ ਸਿੰਘ ਜੀ ਜਿਨ੍ਹਾਂ ਨੇ ਆਪ ਮਹਾਨ ਬੂਟਾ ਲਾਇਆ ਇੱਡੀ ਸ਼ਾਨ ਉਹ ਆਨੰਦ ਮਾਣਨ ਵਾਸਤੇ ਕਿੱਡੀ ਕਿੱਡੀ ਦੂਰੋਂ ਆਪਾਂ ਗੁਰੂ ਦੀ ਬਾਣੀ ਮੇਰਾ ਜੁੜਦੇ ਹਾਂ ਕਿਉਂਕਿ ਸਾਡੇ ਬਿਨ ਭਾਗਾਂ ਸਤਸੰਗ ਨਾਲ ਸੰਗਤ ਮੈਲ ਖਰੀਦੇ ਜੀ ਸਾਰੀ ਜ਼ਿੰਦਗੀ ਦਾ ਸਫ਼ਰ ਲੰਘ ਜਾਂਦਾ ਹੈ ਸਾਰੀ ਜ਼ਿੰਦਗੀ ਸੁੱਤਿਆਂ ਜੋ ਕਿ ਲੰਘ ਜਾਂਦੀ ਹੈ ਮਲ ਬਖੇ ਅਵਰਨ ਦੀ ਇਹ ਚਿੱਕੜ ਦੇ ਵਿੱਚ ਬਹਿ ਸਾਰੇ ਜ਼ਿੰਦਗੀ ਦਾ ਉਹ ਕਿਉਂਕਿ ਕੂੜ ਦਾ ਵਪਾਰੀ ਬਣ ਜਾਂਦਾ ਹੈ ਇਸ ਸੰਸਾਰ ਦੇ ਵਿੱਚ ਆਇਆ ਸਤਿਗੁਰੂ ਕਹਿੰਦੇ ਵਣਜ ਕਰੋ ਬਣ ਜਾ ਰਹੇ ਹੋ ਭਾਈ ਵਣਜ ਕਰੋ ਆਪਾਂ ਵਣਜ ਕਰਨ ਵਾਸਤੇ ਆਏ ਬਾਬਾ ਜੀ ਕਾਹਦਾ ਵਣਜ ਕਰੀਏ ਕਿਉਂਕਿ ਗਿਆਨ ਨਹੀਂ ਗੁਰੂ ਦੇ ਕੋਲ ਬੈਠਣ ਦੀ ਸੰਸਾਰ ਦੇ ਕੋਲ ਬੈਠੇ ਮਿੱਤਰਾਂ ਦੇ ਕੋਲ ਬਹਿ ਜਾਂਦਾ ਹੈ ਪਰਿਵਾਰ ਦੇ ਕੋਲ ਬਹਿ ਜਾਂਦਾ ਹੈ ਰਿਸ਼ਤੇਦਾਰਾਂ ਕੋਲ ਬਹਿ ਜਾਂਦਾ ਹੈ ਫਿਰ ਉਹ ਸੰਸਾਰ ਦੀਆਂ ਵਿਚਾਰਾਂ ਸੰਸਾਰ ਦੇ ਕੰਮ ਧੰਦਿਆਂ ਦੀ ਗੱਲ ਕਿਉਂਕਿ ਇਹ ਜੀਵਨ ਜੁੜ ਗਿਆ ਸੰਸਾਰ ਦੇ ਨਾਲ ਮੇਰੇ ਸਤਿਗੁਰੂ ਕਹਿੰਦੇ ਆਹ ਤੈਨੂੰ ਸੱਜਣਾ ਅਸਲੀ ਬਖਸ਼ ਤੇਰਾ ਕੀ ਹੈ ਭਾਈ ਪ੍ਰਾਪ ਕਮਾਨ ਦੇ ਗੁਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਆਵਰ ਕਾਜ ਤੇਰੇ ਕੀਤੇ ਨਾਕਾਮ ਮੇਰੇ ਸਾਧ ਸੰਗਤ ਪਦ ਕੇਵਲ ਨਾਮ ਕੇਵਲ ਤੇ ਕੇਵਲ ਅਸੀਂ ਬੈਠ ਕੇ ਗੁਰੂ ਦੀ ਸੰਗਤ ਗੁਰੂ ਦੇ ਪਿਆਰਿਆਂ ਦੇ ਵਚਨ ਸੁਣਦੇ ਕਿਉਂਕਿ ਇਹ ਸਾਡੀ ਅਸਲੀਅਤ ਸਾਡਾ ਬਖਸ਼ ਕੀ ਕਿਉਂਕਿ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਰਾਮ ਦੇ ਨਾਮ ਪਰਮਾਤਮਾ ਅਕਾਲ ਪੁਰਖ ਦੀ ਗੋਦ ਵਿੱਚ ਬੈਠ ਕੇ ਉਹ ਸਾਧੂ ਮਹਾਂਪੁਰਸ਼ ਕਿਉਂਕਿ ਸੰਗਤੀ ਰੂਪ ਹੋ ਗਏ ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਖਾਣੀਏ ਇਹ ਦਰਬਾਰ ਦੇ ਵਿੱਚ ਸੰਸਾਰੀ ਗੱਲ ਨਹੀਂ ਦਰਬਾਰ ਦੇ ਵਿੱਚ ਜਿਹੜਾ ਗੁਰੂ ਦੇ ਬਚਨਾਂ ਨਾਲ ਜੁੜ ਗਿਆ ਉਹ ਜੁੜਨ ਵਾਲਿਆਂ ਦਾ ਉਹ ਜੋੜਨ ਵਾਲਿਆਂ ਦਾ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਵੱਖਰ ਕੋ ਲੈਣ ਤੋਂ ਆਇਆ ਸੀ ਪਿਆਰੀ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਉਹਨਾਂ ਨੂੰ ਮਿਲ ਕੌਣ ਦਿਓ ਨਾਨਕ ਗੱਜੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕੇ ਢੂੰਡਣਾ ਪਵੇਗਾ ਇਹਨਾਂ ਨੂੰ ਢੂੰਡਣਾ ਪਵੇਗਾ ਜਿਹੜੇ ਇਹ ਜੀਵਨ ਨੂੰ ਉਹ ਪਰਮਾਤਮਾ ਦੇ ਸ਼ਬਦ ਨਾਲ ਜੋੜ ਗਏ ਸਾਧਸੰਗ ਸੋਈ ਦੇ ਸੰਤ ਜਿਹੜੇ ਪਾਉਂਦੇ ਨੇ ਨਾਮ
ਸੰਸਾਰ ਦੇ ਉੱਤਮ ਪੁਰਸ਼ ਨੇ, ਮੱਧਮ ਨੇ, ਨੀਚ ਪ੍ਰਿਸ਼ਟ ਨੇ, ਚਾਰ ਕਿਸਮ ਨੇ। ਅਸੀਂ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਅੰਦਰ, ਉੱਤਮ ਪੁਰਸ਼ ਹੈ, ਨੀਚ ਹੈ, ਉੱਤਮ ਪੁਰਸ਼, ਮੱਧਮ ਪੁਰਸ਼, ਨੀਚ ਪ੍ਰਿਸ਼ਟ ਹੈ। ਸਭ ਨੂੰ ਉੱਤਮ ਪੁਰਸ਼ ਦੀ ਇੱਕ ਮਹਾਨਤਾ ਦੱਸੀ। ਸਤਿਗੁਰੂ ਕਹਿੰਦੇ ਉਹਦੇ ਅੰਦਰ ਕੀ ਹੈ? ਸੰਸਾਰ ਦੇ ਅੰਦਰ ਮਨ ਵੀ ਸੱਚਾ, ਮੁੱਖ ਵੀ ਸੱਚਾ, ਬੋਲਦਾ ਵੀ ਸੱਚਾ, ਅੰਦਰੋਂ ਸੱਚਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਵੇਖੈ ਏਕ ਸਿਮਰ ਕੋਏ, ਨਾਨਕ ਹੀ ਲਛਣ ਪ੍ਰੇਮ ਗਿਆ ਨੀ। ਉਹਨਾਂ ਦੀ ਆਗਮ ਆਗਾਦ ਪਾਰ ਪ੍ਰੇਮ ਸੋਏ, ਜੋ ਜੋ ਕਹੇ ਸੋ ਰੁਕਤਾ ਹੋਏ। ਜਿਹਨਾਂ ਨੇ ਉਹਨਾਂ ਦੀ ਉਪਮਾ ਵੀ ਕਰ ਲਈ, ਉਹਨਾਂ ਦੀ ਵਡਿਆਈ ਕਰ ਲਈ, ਧੰਨ ਧੰਨ ਸੰਤ ਮਹਾਂਪੁਰਸ਼ ਪ੍ਰੇਮ ਗਿਆ ਨੀ। ਮਹਾਨ ਕਾਰਕੀ ਰੂਪ ਸੰਤ ਬਾਬਾ ਅਜਿਤ ਸਿੰਘ ਜੀ ਮਹਾਰਾਜ ਬਸਤਵਾਣਾ ਸਾਹਿਬ ਵਾਲੇ, ਜਿਨ੍ਹਾਂ ਦੀ ਇਹ ਫੁਲਵਾੜੀ ਦੇ ਵਿੱਚੋਂ ਸਾਡੇ ਸਤਿਕਾਰਯੋਗ
ਸੱਚਖੰਡ ਵਾਸੀ ਸੰਤ ਬਾਬਾ ਜਨਕ ਸਿੰਘ ਜੀ ਉਹ ਫੁਲਵਾੜੀ ਦੇ ਬੜੇ ਹੀ ਟਹਿਕ ਦੇ ਪੁਰਸ਼ ਸਨ। ਜੋ ਆਇਆ ਸੋ ਚਲ ਸੀ, ਇਹ ਜੀਵਨ ਜਦੋਂ ਆਉਂਦਾ ਮਰ ਲਿਖਾਏ ਮੰਡਲ ਮੇ ਆਏ, ਇਹ ਸਰੀਰ ਬਣਤਰ ਹੈ ਬਦਲਦੀ ਹੈ, ਪਰ ਪਿਆਰਿਓ ਜਿਹੜੀ ਖੁਸ਼ਬੋ ਹੈ ਮਹਾਂਪੁਰਸ਼ਾਂ ਦੀ, ਜਿਹੜੀ ਖੁਸ਼ਬੋ ਸਾਧ ਸੰਗਤ, ਇਹ ਪਤਾ ਨਹੀਂ ਕਿੱਥੇ ਤੱਕ ਮਹਾਨ ਰਸਾਂ ਦਾ ਰਸ ਬਣ ਜਾਵੇ, ਸਮੁੰਦਰ ਬਣ ਜਾਂਦਾ ਹੈ। ਇਹਦੇ ਵਿੱਚੋਂ ਫਿਰ ਬੀਹ ਦੀ ਤਰ੍ਹਾਂ ਸੇਵਕ ਜਨ ਆ ਕੇ ਉਹ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ। ਉਹਨਾਂ ਦੀ ਫੁਲਵਾੜੀ ਤਾਂ ਆਈ ਹੈ, ਇਹ ਫੁਲਵਾੜੀ ਕਿਵੇਂ ਲੱਗੀ? ਉਹਨਾਂ ਦੇ ਬਰਤਨ ਦੇ ਵਿੱਚ ਮੇਰੇ ਸਤਿਗੁਰੂ ਨੇ ਉਹ ਮਹਾਨ ਜਿਹਦੀ ਕੋਈ ਕੀਮਤ ਹੀ ਨਹੀਂ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਹੋਏ। ਕੋਈ ਜਨ ਕੌਣ ਹੈ? ਕਰ ਕੀ ਰੂਪ ਹੈ ਉਹ ਸਾਧ ਸੰਗਤ? ਜਿਉਂ ਜਿਉਂ ਮੇਰੇ ਸਤਿਗੁਰੂ ਦੀ ਬਾਣੀ ਦਾ ਭੰਡਾਰਾ ਵਰਤਾਉਂਦਾ ਹੈ ਨਾ, ਤਿਉਂ ਤਿਉਂ ਇਹ ਧਨ ਵੜਦਾ ਜਾਂਦਾ ਹੈ। ਸੰਸਾਰ ਦੇ ਧਨ ਨੇ ਜਿਹੜੇ ਪਿਕਦੇ ਮੁੱਕ ਜਾਂਦਾ ਹੈ, ਪਿਤਾ ਪੁੱਤਰ ਨੂੰ ਦੇ ਜਾਂਦਾ ਹੈ, ਪੁੱਤਰ ਸਾਰਾ ਖਜ਼ਾਨਾ ਹੀ ਖਤਮ ਕਰ ਦੇ। ਪਰ ਇਹ ਖਜ਼ਾਨਾ ਕਿਹੋ ਜਿਹਾ? ਦੁਨਿਆਵੀ ਖਜ਼ਾਨੇ ਮੁੱਕ ਜਾਂਦੇ ਨੇ, ਮੇਰੇ ਸਤਿਗੁਰੂ ਦਾ ਉਹ ਮਹਾਨ ਖਜ਼ਾਨਾ ਹੈ ਨਾ, ਸਾਧ ਸੰਗਤ ਜਿਉਂ ਜਿਉਂ ਸਿੱਖਾਂ ਨੂੰ ਵਰਤਾਉਣਾ ਹੈ ਤਿਉਂ ਤਿਉਂ ਵੱਧਦੇ ਜਾਂਦਾ। ਕਿਉਂਕਿ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ, ਨਾਮ ਵਸਿਆ, ਨਾਮ ਤੁਲ ਨਾਮ ਕੀ ਮਹਿਮਾ ਸੰਤ ਰਿਤ ਵਸੈ, ਜਿਸ ਨੀਚ ਕੋਈ ਨਾ ਜਾਣੇ, ਨਾਮ ਜਪਤ ਚੌਹੋ ਉਲਠ ਮਾਨੇ। ਚਾਰੇ ਉਲਠਾਂ ਦੇ ਵਿੱਚ ਅੱਜ ਬੈਠੇ ਨੇ ਨਾ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਇਹ ਤਾਂ ਜੁੱਤੀਆਂ ਕੱਢਣ ਵਾਲਾ ਸੂਦਰ ਹੈ, ਨੀਚ ਹੈ, ਇਹ ਜਰਾਹਾ ਜਾਤੀ ਦੇ, ਇਹ ਸੀਮਾ ਜਾਤੀ ਦੇ। ਪਰ ਪਿਆਰਿਓ ਜਿਸ ਨੀਚ ਕੋਈ ਨਾ ਜਾਣੇ, ਸਭ ਲੋਕ ਮਖੌਲ ਕਰਦੇ ਨੇ, ਕਬੀਰ ਦੀ ਜਾਤ ਨੂੰ ਦੇਖ ਕੇ ਹੱਸਦੇ ਨੇ, ਇਜਲਾਹਾ ਕੀ ਕਰਦਾ ਹੈ? ਰਵਿਦਾਸ ਜੀ ਤੋਂ ਦੂਰ ਰਹਿੰਦੇ ਨੇ, ਇਹ ਨੀਚ ਹੈ। ਸਾਧ ਸੰਗਤ, ਫਿਰ ਗੁਰੂ ਨੇ ਉਹ ਮਹਾਨ ਕਿਰਪਾ ਕਰ ਦਿੱਤੀ, ਉਹ ਭੰਡਾਰਾ ਬਖਸ਼ ਦਿੱਤਾ, ਉਹ ਭਾਂਡੇ ਦੀ ਵੀ ਪੂਜਾ ਹੁੰਦੀ ਹੈ ਗੁਰੂ ਸਤਨਾਮ ਸਿੰਘ। ਸਾਧ ਸੰਗਤ, ਅੱਜ ਗੁਰਬਾਣੀ ਪੜ੍ਹਦੇ, ਗੁਰਬਾਣੀ ਨੂੰ ਪਛਾਣੀਏ, ਗੁਰਬਾਣੀ ਨੂੰ ਵਿਚਾਰੀਏ। ਸਾਰੀ ਬਾਣੀ ਪੜ੍ਹਨ ਦਾ ਜ਼ਰੀਆ ਨਹੀਂ, ਜਦ ਪੜ੍ਹ ਕੇ ਵਿਚਾਰ ਹੁੰਦਾ ਧਰਮ। ਦੇਖੋ ਹਿੰਦੂ ਵੀਰ ਨੇ ਸੀਤਾ ਰਾਮ ਰਾਧੇ ਸਾਮ ਇਹ ਬੋਲਣ ਤੇ ਖੜੇ। ਸਾਡੀ ਸਤਿਕਾਰਯੋਗ ਮੁਸਲਮਾਨ ਵੀਰ ਨੇ ਅੱਲਾਹ ਦਾ ਰਟਨ ਕਰਦੇ ਨੇ, ਅੱਲਾਹ ਨੂੰ ਯਾਦ ਕਰਦੇ ਨੇ, ਬਾਗ ਦਿੰਦੇ ਨੇ। ਪਰ ਪਿਆਰਿਓ ਗੁਰਮਤ ਦੇ ਅੰਦਰ, ਗੁਰੂ ਨਾਨਕ ਦੇ ਸਕੂਲ ਦੇ ਅੰਦਰ ਜ਼ਿਆਦੇ ਅਹਿਮੀਅਤ ਪੜ੍ਹਨ ਦੀ ਨਹੀਂ, ਬੋਲਣ ਦੀ ਨਹੀਂ। ਜ਼ਿਆਦੇ ਅੰਦਰ ਇਹ ਪਰਮਾਤਮਾ ਦੇ ਡਰ ਦੇ ਉੱਤੇ ਨਾ ਇਹ ਵਿਚਾਰਨ ਦੀ। ਮਹਾਰਾਜ ਕਹਿੰਦੇ ਸਤਿਗੁਰੂ ਨੂੰ ਸਭ ਦੇਖਦਾ ਜੀਤਾ ਜਗਤ ਸੰਸਾਰ। ਆਪਾਂ ਸਾਰੀ ਪੜ੍ਹ ਕੇ ਅੱਗੇ ਲੰਘ ਜਾਂਦੇ ਦੇਖ। ਮਹਾਰਾਜ ਕਹਿੰਦੇ ਡਿੱਠੇ ਮੁਖਤ ਨਾ ਹੋਵੇ, ਇੱਕ ਸ਼ਬਦ ਨਾ ਕਰੇ ਵਿਚਾਰ। ਇਹ ਵਿਚਾਰ ਦੀ ਗੱਲ ਹੈ, ਗੁਰਬਾਣੀ ਇੱਕ ਵਿਚਾਰ ਹੈ, ਗਿਆਨ ਹੈ। ਗਿਆਨ ਦੇ ਭੰਡਾਰੇ ਦੇ ਵਿੱਚੋਂ ਹੁਣ ਸਾਡੇ ਜੀਵਨ ਅੰਦਰ ਔਖ ਦੀ ਆਪਾਂ ਵਿਖਾਰ ਹੋ ਗਿਆ, ਬਿਮਾਰੀ ਲੱਗੀ, ਡਾਕਟਰ ਨੇ ਕਹਿ ਦਿੱਤਾ
ਉਹ ਦਵਾਈ ਦੇ ਦਿੱਤੀ ਪਰ ਅਸੀਂ ਪਥ ਦੇ ਨਾਲ ਨਹੀਂ ਅੰਦਰ ਨਹੀਂ ਨਗਾਈ ਕਿਉਂਕਿ ਬਾਣੀ ਕਿਉਂਕਿ ਬਾਣੀ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਵਿਚਾਰਨ ਦੀ ਜਪ ਮਨ ਸਤਨਾਮ ਸਦਾ ਸਤਨਾਮ ਹਰਤ ਪਰਤ ਮੁਖ ਉਜਲ ਹੋਈਏ ਨਿਤ ਧਿਆਈਏ ਹਰ ਪੁਰਖ ਨਰਿੰਦਰਾ ਪੁਰਖਾ ਪਚਨ ਬਸੇ ਜੀ ਨਾਲੇ ਪਰ ਅੰਦਰ ਜੁੜਨਾ ਪਊਗਾ ਕਿਉਂਕਿ ਅੰਦਰ ਔਖ ਨਹੀਂ ਗਈ ਨੀ ਬਿਮਾਰੀ ਕਿਵੇਂ ਠੀਕ ਹੋਵੇ ਇੱਕ ਸਮੇਂ ਦਾ ਦੀ ਘਟਨਾ ਆਉਂਦੀ ਹੈ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸਨ ਭਾਈ ਗੁਰਦਾਸ ਜੀ ਬੜਾ ਆਨੰਦ ਵਰਤਿਆ ਗੁਰੂ ਸਾਹਿਬ ਨੇ ਉਹ ਮਹਾਨ ਦਾਤਾਂ ਭਾਈ ਗੁਰਦਾਸ ਜੀਆਂ ਨੂੰ ਬਖਸ਼ੀਆਂ ਸਤਿਗੁਰਾਂ ਤੋਂ ਬਾਅਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀਆਂ ਦੀ ਸ਼ਰਨ ਦੇ ਵਿੱਚ ਭਾਈ ਗੁਰਦਾਸ ਜੀ ਨੇ ਉਹ ਚੜ੍ਹਦੀ ਕਲਾ ਵਾਲਾ ਜੀਵਨ ਬ੍ਰਹਿਮ ਗਿਆਨ ਦੀ ਅਵਸਥਾ ਚ ਕਿਉਂਕਿ ਸਤਿਗੁਰੂ ਨੇ ਕਹਿ ਦਿੱਤਾ ਸੀ ਨਾ ਵੇਦ ਵਿਆਸ ਜੀ ਦਾ ਰੁਤਬਾ ਦੇ ਦਿੱਤਾ ਸੀ ਕਿਉਂਕਿ ਲਖਾਰੀ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹ ਮਹਾਨ ਭੰਡਾਰਾ ਰਚਿਆ ਨਾ ਜਦੋਂ ਬੀੜ ਦੀ ਰਚਨਾ ਕੀਤੀ ਹੈ ਲਖਾਰੀ ਭਾਈ ਗੁਰਦਾਸ ਜੀ ਹੁਣ ਉਹ ਸਾਧ ਸੰਗਤ ਗੁਰੂ ਰਾਮਦਾਸ ਜੀਆਂ ਦੇ ਚਰਨਾਂ ਚ ਬੈਠ ਕੇ ਉਹ ਆਨੰਦ ਪ੍ਰਾਪਤ ਕੀਤਾ ਕੀ ਹੋਇਆ ਆਗਰੇ ਦੀ ਸੰਗਤ ਆਈ ਸਤਿਗੁਰਾਂ ਦੇ ਕੋਲ ਸਤਿਗੁਰਾਂ ਦੇ ਕੋਲ ਆਗਰੇ ਦੀ ਸੰਗਤ ਬੜੇ ਹੀ ਗੁਰਮੁਖ ਪਿਆਰੇ ਮਾਤਾ ਔਰ ਭੈਣਾਂ ਵੀਰ ਬਜ਼ੁਰਗ ਸਤਿਗੁਰੂ ਕਹਿੰਦੇ ਭਾਈ ਆਓ ਸੰਗਤ ਕਿੱਥੋਂ ਆਈ ਹੈ ਸੱਚੇ ਪਾਤਸ਼ਾਹ ਅਸੀਂ ਆਗਰੇ ਤੋਂ ਆਏ ਅਸੀਂ ਇੱਕ ਬੇਨਤੀ ਕਰਨ ਵਾਸਤੇ ਆਇਆ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਦੱਸੋ ਕਹਿੰਦੇ ਮਹਾਰਾਜ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਗੁਰੂ ਨਾਨਕ ਦੇ ਦਰ ਨਾਲ ਜੋੜਨ ਵਾਲਾ ਗੁਰਬਾਣੀ ਕਥਾ ਕੀਰਤਨ ਕਰਨ ਵਾਲਾ ਸਾਡੇ ਇਲਾਕੇ 'ਚ ਕੋਈ ਨਹੀਂ ਸੰਗਤਾਂ ਚਾਹੁੰਦੀਆਂ ਨੇ ਵੀ ਅਸੀਂ ਟੁੱਟੇ ਹੋਇਆ ਗੁਰੂ ਨਾਨਕ ਦੇ ਮਾਰਗ ਤੋਂ ਸਾਨੂੰ ਵੀ ਕੋਈ ਜੋੜ ਦੇਵੇ ਹੁਣ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਹਿਣ ਲੱਗੇ ਕੋਈ ਨਾ ਭਾਈ ਬੈਠੋ ਸੇਵਕ ਨੂੰ ਕਿਹਾ ਭਾਈ ਜਾਓ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਲੈ ਭਾਈ ਗੁਰਦਾਸ ਜੀ ਆਏ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਕੀ ਹੁਕਮ ਹੈ ਭਾਈ ਗੁਰਦਾਸ ਜੀ ਆ ਸੰਗਤਾਂ ਆਈਆਂ ਨੇ ਆਗਰੇ ਦੀ ਉਹ ਧਰਤੀ ਤੋਂ ਉਹ ਇਲਾਕੇ ਚੋਂ ਆਈਆਂ ਨੇ ਇਹ ਬੇਨਤੀ ਕਰਨ ਵਾਸਤੇ ਸਾਨੂੰ ਬੇਨਤੀ ਕਰਦੇ ਨੇ ਸੰਗਤ ਆਈਏ ਭਾਈ ਸਾਡੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਗੁਰੂ ਨਾਨਕ ਦਾ ਪਿਆਰਾ ਕੋਈ ਕਥਾ ਕਰਕੇ ਕੋਈ ਕੀਰਤਨ ਕਰਕੇ ਸਾਨੂੰ ਗੁਰੂ ਦੇ ਵਿਚਾਰ ਸੁਣਾਵੇ ਸਾਨੂੰ ਟੁੱਟਿਆ ਹੋਇਆਂ ਨੂੰ ਗੁਰੂ ਦੇ ਨਾਲ ਜੋੜ ਦੇਵੇ ਸਤਿਗੁਰੂ ਕਹਿੰਦੇ ਭਾਈ ਗੁਰਦਾਸ ਜੀ ਜਾਓ ਇਹ ਸੰਗਤਾਂ ਦੀ ਬੇਨਤੀ ਪ੍ਰਵਾਨ ਕਰੋ ਇਹਨਾਂ ਨਾਲ ਜਾਓ ਉਧਰ ਇਲਾਕੇ ਦੇ ਵਿੱਚ ਜਿਤਨੇ ਵੀ ਸੰਗਤ ਜੁੜਦੀ ਹੈ ਵੱਧ ਤੋਂ ਵੱਧ ਜੋੜੋ ਗੁਰੂ ਨਾਨਕ ਦੇ ਦਰ ਨਾਲ ਸਤਿਵਚਨ ਮਹਾਰਾਜ ਸੰਗਤਾਂ ਦੇ ਨਾਲ ਭਾਈ ਗੁਰਦਾਸ ਜੀ ਹੌਲੀ ਹੌਲੀ ਕਈ ਦਿਨ ਲੱਗੇ ਇਲਾਕੇ ਦੇ ਵਿੱਚ ਆਗਰੇ ਦੀ ਇਲਾਕੇ ਦੀ ਸਿੱਖ ਸੰਗਤਾਂ ਨੂੰ ਜਾ ਕੇ ਦਰਸ਼ਨ ਦਿੱਤੇ ਹੁਣ ਸਾਧ ਸੰਗਤ ਕਿੰਨਾ ਸਮਾਂ ਬੀਤ ਗਿਆ
ਇਧਰੋਂ ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਸੱਚਖੰਡ ਬਿਆਨਾ ਕਰਕੇ ਗੁਰੂ ਰਾਮਦਾਸ ਜੀ ਉਹ ਵੀ ਸਮੇਂ ਮੁਤਾਬਕ ਸ੍ਰੀ ਸੂਰਜ ਕਿਰਨ ਮਿਲੀ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਕੀਆ ਰਾਮ। ਗੁਰੂ ਰਾਮਦਾਸ ਜੀ ਸੱਚਖੰਡ ਚਲੇ ਗਏ। ਸਤਿਗੁਰਾਂ ਨੇ ਆਪਦੇ ਛੋਟੇ ਪੁੱਤਰ ਸਾਹਿਬਜ਼ਾਦਾ ਅਰਜਨ ਦੇਵ ਜੀ ਨੂੰ ਪੰਜਵੇਂ ਗੁਰੂ ਨਾਨਕ ਦਾ ਉਹ ਗੱਦੀ ਨਸ਼ੀਨ ਬਣਾ ਦਿੱਤਾ। ਸਾਧ ਸੰਗਤ, ਇਹ ਜਦੋਂ ਵਿਚਾਰ ਇਹ ਸੰਗਤਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਸਤਿਗੁਰੂ ਸੱਚਖੰਡ ਚਲੇ ਗਏ। ਉਹ ਇਲਾਕੇ ਦੇ ਵਿੱਚ ਸੰਗਤ ਨੂੰ ਜਦੋਂ ਪਤਾ ਲੱਗਿਆ, ਹੌਲੀ ਹੌਲੀ ਭਾਈ ਗੁਰਦਾਸ ਜੀਆਂ ਨੂੰ ਵੀ ਸੰਗਤਾਂ ਨੇ ਬੇਨਤੀ ਕੀਤੀ, ਗੁਰੂ ਦੇ ਪਿਆਰਿਓ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਇਸ ਸੰਸਾਰ ਦੇ ਵਿੱਚੋਂ ਚਲੇ ਗਏ, ਪੰਜ ਪੋਤਕ ਦੀ ਦੇਹੀ ਤਿਆਗ ਕੇ। ਅਰਜਨ ਦੇਵ ਪਾਤਸ਼ਾਹ ਜੀ ਨੂੰ ਗੱਦੀ ਨਿਸ਼ੀਨ ਬਣਾ ਦਿੱਤਾ। ਸਤਸੰਗ ਸਾਡੇ ਸਤਿਕਾਰਯੋਗ ਅਗੀਠਾ ਸਾਹਿਬ ਸੱਚਖੰਡ ਅਗੀਠਾ ਸਾਹਿਬ ਤਨ ਤਨ ਸੰਤ ਮਹਾਰਾਜ 20ਵੀਂ ਸਦੀ ਦੇ ਵਿਕਾਰ ਸੰਤ ਬਾਬਾ ਅਤਰ ਸਿੰਘ ਜੀ, ਉਹਨਾਂ ਦੇ ਬੜੇ ਹੀ ਪਿਆਰ ਵਾਲੇ ਸੇਵ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਜੀ ਆਪਣੇ ਜਥੇ ਸਮੇਤ, ਕਿਉਂਕਿ ਇੱਕ ਪਰਿਵਾਰ ਹੈ, ਇਹ ਪਰਿਵਾਰ ਦੇ ਵਿੱਚ ਅਸੀਂ ਗੁਰੂ ਨਾਨਕ ਦੇ ਦਰ ਬੈਠ ਕੇ ਗੁਰੂ ਨਾਨਕ ਦੇ ਗੀਤ, ਸੰਤ ਮਹਾਰਾਜ ਜੀ ਦੇ ਗੀਤ, ਗੁਰੂ ਨਾਨਕ ਦੀ ਬਾਣੀ ਦੇ ਨਾਲ ਜੁੜੇ ਹੋਏ, ਕਿਉਂਕਿ ਗੁਰਮਤ ਅਨੁਸਾਰ ਸਾਰਾ ਸੰਤ ਮਹਾਰਾਜ ਦਾ ਜੀਵਨ ਹੈ ਪਿਆਰਿਓ, ਗੁਰਮਤ ਤੋਂ ਬਾਹਰ ਨਹੀਂ ਹੈ, ਇਹ ਸਦਾ ਬਹਾਰ ਬੂਟਾ ਹੈ। ਸੰਤ ਮਹਾਰਾਜ ਦਾ ਜੀਵਨ ਗੁਰਮਤ ਤੋਂ ਬਾਹਰ ਕੁਛ ਨਹੀਂ, ਉਹ ਗੁਰਮਤ ਦੀ ਪਾਠਸ਼ਾਲਾ ਦੇ ਵਿੱਚ ਉਹ ਬੈਕੁੰਠ ਦੇ ਚ ਰਹਿਣ ਵਾਲੇ ਸਾਡੇ ਸਤਿਕਾਰਯੋਗ ਬਾਬਾ ਜੀ ਪਹੁੰਚੇ ਨੇ ਜੀ ਆਇਆਂ, ਆਪਣੇ ਜਥੇ ਸਮੇਤ ਸਾਰੀਆਂ ਸਿੱਖ ਸੰਗਤਾਂ, ਕਿਉਂਕਿ ਦਾਸ ਵੀ ਸਾਰਾ ਜਥਾ ਵੀ ਅੰਗੀਠਾ ਸਾਹਿਬ ਦਰਬਾਰ ਸਾਹਿਬ ਦੇ ਕੀਰਤਨ ਜਥੇ ਆ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਪਿਆਰ ਬਖਸ਼ਣ। ਹੁਣ ਉਧਰੋਂ ਸੰਤ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਨੂੰ ਚਲੇ ਗਏ। ਇਹ ਸੰਗਤਾਂ ਨੂੰ ਪਤਾ ਲੱਗਿਆ ਵੀ ਸੱਚੇ ਪਾਤਸ਼ਾਹ ਤਾਂ ਸੱਚਖੰਡ ਨੂੰ ਚਲੇ ਗਏ। ਉਹਨਾਂ ਦੀ ਗੱਦੀ ਦੇ ਉੱਤੇ ਉਹਨਾਂ ਦੇ ਛੋਟੇ ਸਪੁੱਤਰ ਸਾਹਿਬਜ਼ਾਦਾ ਅਰਜਨ ਦੇਵ ਜੀ ਸਵਾਇਮਾਨ ਹੋਏ ਨੇ। ਸਾਰੀਆਂ ਸਿੱਖ ਸੰਗਤਾਂ ਨੇ ਇੱਕ ਦਿਨ ਇਕੱਠ ਕੀਤਾ, ਇੱਕ ਜਥਾ ਬਣਾਇਆ, ਆਓ ਭਾਈ ਆਪਾਂ ਭਾਈ ਗੁਰਦਾਸ ਜੀ ਦੀ ਅਗਵਾਹੀ ਦੇ ਵਿੱਚ ਆਪਸ ਮਹਾਰਾਜੇ ਨਾਲੇ ਦਰਸ਼ਨ ਕਰਾਂਗੇ, ਨਾਲੇ ਵੀ ਇੱਕ ਬੈਰਾਗ ਹੈ ਕਿਉਂਕਿ ਵਿਛੋੜਾ ਹੈ। ਉਹ ਚੌਥੇ ਪਾਤਸ਼ਾਹ ਜੀ ਦੇ ਉਹ ਵਿਛੜੇ ਵਿਛੋੜੇ ਦੇ ਵਿੱਚ ਇੱਕ ਬੈਰਾਗ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਨੇ ਸਾਰੇ ਜਥੇ ਨੂੰ ਬੇਨਤੀ ਕੀਤੀ, ਆਓ ਭਾਈ ਮਾਤਾ ਔਰ ਭੈਣਾਂ ਆਪਾਂ ਮਿਲ ਕੇ ਉਸ ਮਾਲਕ ਦੇ ਦਰ ਤੇ ਜਾਣਾ। ਅੱਗੇ ਤੁਰ ਕੇ ਜਾਣਾ ਸੀ, ਕਈ ਦਿਨ ਲੱਗ ਗਏ, ਸੈਂਕੜਿਆਂ ਦੀ ਸੰਗਤ ਜਾ ਰਹੇ ਨੇ, ਨਾਲੇ ਗੁਰੂ ਦੇ ਸ਼ਬਦ ਪੜ੍ਹਦੇ ਜਾਂਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ,
ਅਰਦਾਸਾਂ ਕਰਦੇ ਜਾਂਦੇ ਨੇ, ਅਗਰ ਵਾਹਿਗੁਰੂ 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 ਦਾ ਜਾਪ ਕਰਦੇ ਜਾਂਦੇ ਨੇ। ਸਾਧ ਸੰਗਤ, ਕਈ ਦਿਨਾਂ ਬਾਅਦ ਠੀਕ ਹੋਇਆ, ਜਦੋਂ ਪਹੁੰਚੇ ਨੇ ਬਿਆਸਾ ਦਰਿਆ ਦੇ ਉੱਤੇ, ਕਿਉਂਕਿ ਜਿਹੜੇ ਗੁਰੂ ਦੇ ਨਾਮ ਨਾਲ ਜੁੜ ਕੇ ਪਿਆਰੇ ਹੋ, ਉਹ ਇਹ ਸੰਸਾਰ ਚਿੱਕੜ ਤੋਂ ਬੜੇ ਉੱਚੇ ਉੱਠ ਖੜੇ। ਇਹ ਚਿੱਕੜ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੂੰ ਕੋਈ ਲੇਪ ਨਹੀਂ ਹੁੰਦਾ, ਉਹਨਾਂ ਨੂੰ ਪਕੜ ਨਹੀਂ ਹੁੰਦੀ ਸੰਸਾਰ ਦੀ। ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖ ਵਪਾਰ ਚੱਲਣ ਹੈ। ਸੰਸਾਰ ਬੜਾ ਵਿਖੜਾ, ਕਾਮ ਦੀ ਨਦੀ, ਕ੍ਰੋਧ ਦੀ ਨਦੀ, ਲੋਭ ਦੀ ਨਦੀ, ਪਰ ਪਿਆਰਿਓ ਇਹ ਡੰਗੋਰੀ ਗੁਰੂ ਦੇ ਨਾਮ ਨਾਲ ਜਿਹੜੇ ਜਿਹਨਾਂ ਨੇ, ਕਿਉਂਕਿ ਬੇਮੁਖ ਹੋ ਗਿਆ, ਬੇਮੁਖ ਜਦੋਂ ਹੋ ਗਿਆ ਸੰਸਾਰ ਦੇ ਵਿੱਚ, ਉਦੋਂ ਸਾਧ ਸੰਗਤ ਦੇ ਨਾਲ ਡੁੱਬ ਜਾਂਦਾ। ਜਦੋਂ ਗੁਰੂ ਦਾ ਪੱਲਾ ਪਕੜ ਲਿਆ ਨਾ, ਇਸ ਭਵ ਸਾਗਰ ਨੂੰ ਅਸੀਂ ਪਾਰ ਕਰ ਸਕਦੇ ਹਾਂ। ਪਰ ਹਾਂ, ਭਾਵਨਾ ਹੋਵੇ, ਜਿਹਨਾਂ ਨੇ ਗੁਰੂ ਦੇ ਨਾਮ ਨਾਲ ਜੁੜ ਗਏ ਨਾ, ਜਿਹੜੇ ਚੜ ਗਏ ਗੁਰਾਂ ਦੇ ਮੇਰੇ ਸੋਈ ਬੰਦੇ ਪਾਰ ਹੋਣਗੇ, ਚੜ ਗਏ ਨਾਮ ਵਾਲੇ ਮੇਰੇ ਸੋਈ ਬੰਦੇ ਪਾਰ ਹੋਣਗੇ। Yeah.
ਤੇਰੇ ਚੜ ਕੇ ਨਾਮ ਦੇ ਤੇਰੇ ਚੜ ਕੇ ਨਾਮ ਵਾਲੀ ਮੇਰੇ ਤੇਰੇ ਚੜ ਕੇ ਨਾਮ ਦੇ ਮੇਰੇ ਚੜ ਕੇ ਨਾਮ ਦੇ ਮੇਰੇ ਤੇਰੇ ਚੜ ਕੇ ਨਾਮ ਦੇ ਤੇਰੇ ਚੜ ਕੇ ਨਾਮ ਦੇ ਸਾਰਾ ਜੀਵਨ ਮੇਰੇ ਸਤਿਗੁਰੂ ਨੇ ਇਨਸਾਨ ਸਾਡੇ ਵਰਗਿਆਂ ਨੂੰ ਮੂਰਖਾਂ ਨੂੰ ਔਜੜ ਜਾਂਦਿਆਂ ਨੂੰ ਅੰਮ੍ਰਿਤ ਵੇਲੇ ਹੀ ਆਪਦੇ ਵਜ਼ੀਰਾਂ ਦੇ ਨਾਲ ਮੇਰੇ ਸਤਿਗੁਰੂ ਆਵਾਜ਼ਾਂ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਆਓ ਭਾਈ ਆਪਾਂ ਉਹ ਪਰਮਾਤਮਾ ਦੇ ਗੀਤ ਗਾਈਏ। ਬਾਣੀ ਸੁਣੀ, ਜਿਹਨਾਂ ਚਿਰ ਬਾਣੀ ਨਹੀਂ ਸੁਣੀ ਪੜਿਆ, ਪਰ ਜਿਹਨਾਂ ਨੇ ਸੁਣ ਲਿਆ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ। ਅੰਤਰੀ ਵੀ ਤੀਰਥ ਬਹਿ ਨਾ ਈਰਖਾ ਵੈਕੁੰਠ, ਵੈਕੁੰਠ ਹੈ ਜਿੱਥੇ ਈਰਖਾ ਮਿਟ ਜਾਵੇ। ਅੱਜ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਗੀਤ ਗਾਉਣ ਵਾਲਿਆ, ਤੇਰੇ ਅੰਦਰ ਕੋਈ ਹੈ ਈਰਖਾ? ਜਿੰਨਾ ਚਿਰ ਤੈਂ ਈਰਖਾ ਰੱਖੀ ਹੈ ਤੈਂ ਸੁਣਿਆ ਨਹੀਂ ਨਾ। ਜਿਹਨਾਂ ਨੇ ਸੁਣ ਲਿਆ ਉਹਨਾਂ ਦੇ ਅੰਦਰੋਂ ਮਲ ਮਖੇਪ ਅਵਰ ਸਾਰੇ ਕੀ ਨਾਸ਼ ਹੋ ਗਏ। ਇੱਕੋ ਇੱਕ ਟਿਕ ਗਿਆ ਪਰਮਾਤਮਾ ਦਾ ਨਾਮ, ਕਿਉਂਕਿ ਮਹਾਂਪੁਰਸ਼ ਜਿੱਥੇ ਆਉਂਦਾ ਉਹ ਧਰਤੀ ਇਹ ਸਰੀਰ ਰੂਪੀ ਵੀ ਇੱਕ ਧਰਤੀ ਹੈ। ਜਿੱਥੇ ਆ ਕੇ ਜਿੱਥੇ ਬੈਸਣ ਸਾਧ ਜਨ, ਸਾਧਨਾ ਕਰਨ ਵਾਲੇ ਜਿੱਥੇ ਆ ਕੇ ਬੈਠ ਗਏ, ਸੋ ਥਾਨ ਸਹੰਦਾ। ਬਾਬਾ ਸੋਹਣਾ ਕਿਵੇਂ ਹੋ ਗਿਆ? ਉਹ ਏਡਾ ਡਰਾਉਣੀ ਧਰਤੀ ਹੈ, ਏਡਾ ਵੱਡਾ ਜੰਗਲ ਹੈ, ਖੂਹ ਖਾਰ ਜਾਨਵਰ ਰਹਿੰਦੇ ਨੇ, ਸੋਹਣਾ ਕਿਵੇਂ ਹੋ ਗਿਆ? ਮੇਰੇ ਸਤਿਗੁਰੂ ਕਹਿੰਦੇ ਉਹ ਸੇਵਨ ਸਿਮਰਨ ਆਪਣਾ ਬਿਨਸੇ ਸਭ ਮੰਦਾ। ਉਹ ਭਾਈ ਜਿਹਨਾਂ ਦੇ ਰੋਮ ਰੋਮ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਨਾ,
ਉਹ ਫਿਰ ਜਦੋਂ ਆ ਕੇ ਚਰਨ ਧਰਦੇ ਨੇ 68 ਤੀਰਥਾਂ ਦਾ ਫਲ ਉਹ ਧਰਤੀ ਨੂੰ ਮਿਲ ਜਾਂਦਾ ਗੁਰੂ ਸਤਨਾਮ ਸ੍ਰੀ ਉਹ ਧਰਤੀ ਵੀ ਬੈਕੁੰਠ ਬਣ ਜਾਂਦੀ ਹੈ ਕਿਉਂਕਿ ਜਿਹੜੇ ਵਿਕਾਰੀ ਨੇ ਬਦਰੂਹਾਂ ਨੇ ਉਹ ਸਾਰੀਆਂ ਉਡਾਰੀਆਂ ਮਾਰ ਜਾਂਦੀਆਂ ਨੇ ਉੱਥੇ ਦੇਵਤਿਆਂ ਦਾ ਵਾਸਾ ਹੁੰਦਾ ਇਹ ਬੈਕੁੰਠ ਬਣ ਗਏ ਸੱਚਖੰਡ ਬਣ ਗਏ ਇਸੇ ਤਰ੍ਹਾਂ ਸਾਡੀ ਜੀਵਨ ਦੀ ਯਾਤਰਾ ਤੁਰੀ ਜਾਂਦੀ ਹੈ ਪਰ ਅੰਦਰ ਭੋਜਨ ਕਿਹੜਾ ਜਾਂਦਾ ਹੈ ਕੰਨਾਂ ਨੂੰ ਸੁਣਨ ਵਾਸਤੇ ਗੰਦਗੀ ਹੈ ਅੱਖਾਂ ਨੂੰ ਦੇਖਣ ਵਾਸਤੇ ਪਰਾਇਆ ਰੂਪ ਦੇਖ ਦੇਖ ਕੇ ਅੱਖਾਂ ਮੈੜੀਆਂ ਹੋ ਗਈਆਂ ਪਰ ਪਿਆਰੀ ਜੀਬਾ ਹਰ ਰੋਜ਼ ਨਿੰਦਿਆ ਕੂੜ ਸਭ ਬੋਲਦੀ ਹੈ ਇਹ ਮੈੜੀ ਹੋ ਗਈ ਮਹਾਰਾਜ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਔਰ ਰੋਗੀ ਬੰਦੇ ਨੂੰ ਆਪਾਂ ਚੰਗਾ ਸੋਹਣਾ ਭੋਜਨ ਤਿਆਰ ਕਰਕੇ ਦੇਈਏ ਨਾ ਉਹ ਕਹੂਗਾ ਇਹ ਤਾਂ ਕੌੜਾ ਹੈ ਉਹ ਵੱਕ ਵੱਗਾ ਹੈ ਭੋਜਨ ਕੌੜਾ ਨਹੀਂ ਉਹ ਬਿਮਾਰ ਹੈ ਹੁਣ ਕੰਨਾਂ ਦੇ ਵਿੱਚ ਸੁਣਨ ਵਾਸਤੇ ਇਹਨੂੰ ਇੰਨੇ ਵਿਕਾਰ ਦੇ ਬੋਲ ਨੇ ਹੁਣ ਗੁਰਬਾਣੀ ਇੱਕ ਭੋਜਨ ਹੈ 36 ਪ੍ਰਕਾਰ ਤੋਂ ਮਿੱਠਾ ਭੋਜਨ ਹੈ ਇਹ ਚੰਗਾ ਨਹੀਂ ਲੱਗਦਾ ਪਰ ਵਿਕਾਰੀ ਨੇ ਨਾ ਜਗ੍ਹਾ ਹੀ ਨਹੀਂ ਕੋਈ ਕੰਨਾਂ ਦੇ ਵਿੱਚ ਤੇਰੇ ਸਤਿਗੁਰੂ ਕਹਿੰਦੇ ਇਹ ਸਰਬਨੋ ਮੇਰੇ ਹੋ ਸਾਚੇ ਸੁਣਨੇ ਲੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਸੱਚੀ ਬਾਣੀ ਸੁਣਨ ਵਾਸਤੇ ਲਾਇਆ ਸੁਣਨ ਕੰਨਾਂ ਇਹ ਸੁਣ ਰਿਹਾ ਕਿਹੜੀ ਆ ਭੈੜੇ ਬੋਲ ਬੋਲ ਸੁਣ ਰਿਹਾ ਜਦੋਂ ਇਹ ਬੋਲ ਸੁਣਦਾ ਹੈ ਨਾ ਇਹਦੀਆਂ ਖੁਸ਼ੀਆਂ ਚ ਕਮੀਆਂ ਬਦਲ ਜਾਂਦੀਆਂ ਸੰਸਾਰੀ ਬੋਲ ਨੇ ਮੇਰੇ ਸਤਿਗੁਰੂ ਦੇ ਬੋਲ ਨੇ ਇਹਦੇ ਅੰਦਰ ਵਿਕਾਰਾਂ ਰੂਪੀ ਚਿੰਤਾ ਬੜੇ ਭੈੜੇ ਬੋਲ ਨੇ ਅੰਦਰ ਜਦੋਂ ਆ ਕੇ ਸੁਣਦਾ ਹੈ ਨਾ ਫਿਰ ਸਾਰਿਆਂ ਦੇ ਸਾਧ ਸੰਗਤ ਮੁਰਝਾਇਆ ਹੋਇਆ ਵੀ ਜੀਵਨ ਹਰਿਆ ਬਚਾ ਜਾਂਦਾ ਬੋਲੋ ਸਤਨਾਮ ਜਿਤ ਸੁਣੀ ਮਨ ਤਨ ਹਰਿਆ ਹੋਆ ਹਰਿਆ ਹਰਿਆਵਲ ਹੋ ਗਿਆ ਜਿਹੜਾ ਭੋਜਨ ਛੱਕ ਕੇ ਅਸੀਂ ਉਹ ਖੁਸ਼ੀਆਂ ਆਨੰਦ ਦੇ ਵਿੱਚ ਆ ਜਾਈਏ ਮੇਰੇ ਸਤਿਗੁਰੂ ਉਹ ਭੋਜਨ ਵਰਤਾ ਰਹੇ ਨੇ ਪਰ ਚੰਗਾ ਨਹੀਂ ਲੱਗਦਾ ਅਸੀਂ ਬਹੁਤਾ ਸਮਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਪਿਆ ਸੰਸਾਰ ਦੀਆਂ ਵਿਚਾਰਾਂ ਸਾਡੇ ਅੰਦਰ ਫੀਡ ਹੋਈਆਂ ਪਈਆਂ ਨੇ ਜੇ ਗੁਰੂ ਨਾਨਕ ਦੇ ਦਰ ਦੇ ਵਿੱਚ ਸੱਚੇ ਪਾਤਸ਼ਾਹ ਦੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮੈਂ ਮਾਂ ਗਲੀ ਨਾ ਪਰ ਕਿਨਕਾ ਛਕਦਾ ਨਹੀਂ ਨਾ ਬੜਾ ਬੋਲਦਾ ਮੇਰੇ ਵਰਗਾ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਅੰਮ੍ਰਿਤ ਵੇਲੇ ਉੱਠੋ ਪਰ ਕਿਸੇ ਦੇ ਤੀਰ ਨਹੀਂ ਲੱਗਦਾ ਸੰਤ ਮਹਾਰਾਜ ਨੇ ਇੱਕੋ ਗੇੜਾ ਕਿਹਾ ਸੀ ਹਜ਼ਾਰਾਂ ਦੀ ਤਾਦਾਦ ਬੈਠੀ ਦੀ ਸੰਗਤ ਕਲਕੱਤੇ ਦੇ ਵਿੱਚ ਕਲਕੱਤੇ ਦੇ ਵਿੱਚ 10 ਦੀਵਾਨ ਸੀ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਕਿਉਂਕਿ ਆਖਰੀ ਦੀਵਾਨ ਚਾਹੇ ਦੋ ਦੀਵਾਨ ਹੁੰਦੇ ਆਖਰੀ ਦੀਵਾਨ ਤੇ ਸੰਤ ਮਹਾਰਾਜ ਨੇ ਅੰਮ੍ਰਿਤ ਦੀਆਂ ਦਾਤਾਂ ਵਰਤਾਉਣੀਆਂ ਸੀ ਇੱਕ ਸੈਕਟਰੀ ਸੂਝਵਾਨ ਉਹਨੂੰ ਕਹਿ ਦਿੱਤਾ ਭਾਈ ਅੰਮ੍ਰਿਤ ਵੇਲੇ ਜਦੋਂ ਵੀ ਸੰਗਤ ਆਵੇ ਸ਼ਾਮਾਂ ਦੇ ਟਾਈਮ ਤੈਂ ਬੋਲਣਾ ਭਾਈ ਆਖਰੀ ਦੀਵਾਨ ਤੇ 10ਵੀਂ ਦੀਵਾਨ ਤੇ ਸੰਤ ਮਹਾਰਾਜ ਜੀ ਪੰਜਾਬ ਦੇ ਵਿੱਚੋਂ ਆਏ ਨੇ ਮਸਤਵਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚੋਂ ਸੰਤ ਬਾਬਾ ਅਤਰ ਸਿੰਘ ਜੀ ਸਾਨੂੰ ਬਖਸ਼ਿਸ਼ਾਂ ਹੋਈਆਂ ਨੇ 10 ਦੀਵਾਨਾਂ ਦੀਆਂ ਭਾਈ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ
ਭਾਗਾਂ ਵਾਲੇ ਸ਼ਕਲ ਹੋ। ਹੁਣ ਕਈ ਦੀਵਾਰ ਲੰਘ ਗਏ, ਪੰਜ ਛੇ ਦੀਵਾਰ ਲੰਘ ਗਏ, ਸੰਤ ਮਹਾਰਾਜ ਨੇ ਨਹੀਂ ਬੋਲਿਆ। ਉਹ ਹਰ ਰੋਜ਼ ਹੀ ਬੋਲੀ ਜਾਵੇ, ਭਾਈ ਨਾਓ ਲਿਖਾਓ, ਦਰਜ ਕਰਾਓ ਨਾਓ, ਕੋਈ ਨਾ ਹੋਇਆ। ਅੱਠ ਨੌ ਦੀਵਾਰ ਦੇ ਵਿੱਚ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਂਪੁਰਸ਼ੋ ਸਾਨੂੰ ਦਸ ਦੀਵਾਰ ਬਖਸ਼ ਕੀਤੇ ਨੇ, ਪਰ ਮੈਂ ਤਾਂ ਹਰ ਰੋਜ਼ ਹੀ ਬੋਲਦਾ, ਮੇਰੇ ਕਹੇ ਤੋਂ ਕੋਈ ਇੱਕ ਦਿਨ ਵੀ ਇੱਕ ਬੰਦਾ ਵੀ ਨੌ ਲਿਖਾਉਣ ਵਾਸਤੇ ਨਹੀਂ ਆਇਆ, ਭਾਈ ਮੈਂ ਅੰਮ੍ਰਿਤ ਛਕਣਾ। ਸੰਤ ਮਹਾਰਾਜ ਹੱਸ ਪਏ, ਕਹਿੰਦੇ ਕੋਈ ਨਾ ਭਾਈ, ਜੇ ਤੁਸੀਂ ਬੇਨਤੀ ਕਰਦੇ ਹੁਕਮ ਕਰਦੇ ਹੋ, ਦਾਸ ਵੀ ਬੋਲ ਦੂੰਗਾ। ਨੌਵੀਂ ਦੀਵਾਰ ਦੇ ਵਿੱਚ ਸੰਤ ਮਹਾਰਾਜ ਨੇ ਹਜ਼ੂਰੀ ਆ ਬਾਕੀ ਗੜ ਦੇ ਵਿੱਚ, ਕਿਉਂਕਿ ਹਜ਼ੂਰੀ ਤਾਂ ਸੰਤ ਮਹਾਰਾਜ ਦੇ ਕੋਲ ਸੀਗਾ, ਚੌਰ ਦੀ ਸੇਵਾ ਕੀਤੀ, ਕਿਸੇ ਸਿੰਘ ਨੂੰ ਬਖਸ਼ੀ। ਉੱਠ ਕੇ ਸੰਤ ਮਹਾਰਾਜ ਹਜ਼ਾਰਾਂ ਦੀ ਤਾਦਾਦ ਬੈਠੇ ਸੀ, ਲੋਕ ਸੰਗਤਾਂ ਬੜਾ ਆਨੰਦ ਮਾਣਦੀਆਂ ਸੀ। ਮਹਾਂਪੁਰਸ਼ਾਂ ਨੇ ਫਤਿਹ ਬੁਲਾ ਕੇ ਬੇਨਤੀ ਕੀਤੀ, ਗੁਰੂ ਕੀ ਸੰਗਤੇ, ਗੁਰੂ ਨਾਨਕ ਪਾਤਸ਼ਾਹ ਦੀ ਸੰਗਤੇ, ਸਾਨੂੰ ਕਲਗੀਆਂ ਵਾਲੇ ਨੇ ਦਸ ਦੀਵਾਨਾਂ ਦੀ ਸੰਗਤ ਬਖਸ਼ੀ। ਕੱਲ ਨੂੰ ਦਸਵਾਂ ਦੀਵਾਨ ਸੰਪੂਰਨ ਹੋਣਾ ਹੈ, ਉਸ ਤੋਂ ਬਾਅਦ ਅੰਮ੍ਰਿਤ ਦੇਣੇ, ਕਲਗੀਆਂ ਵਾਲੇ ਦੇ ਅੰਮ੍ਰਿਤ ਦੇ ਬਾਟੇ ਤਿਆਰ ਹੋਣੇ ਨੇ। ਸੰਗਤੇ, ਗੁਰੂ ਨਾਨਕ ਕਿਰਪਾ ਕਰੇ, ਗੁਰੂ ਕਲਗੀਆਂ ਵਾਲਾ ਕਿਰਪਾ ਕਰੇ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇੰਨਾ ਕਿਹਾ ਸੀਗਾ ਸੰਤ ਮਹਾਰਾਜ ਨੇ ਅੰਮ੍ਰਿਤ ਭਰੇ ਬਚਨ। ਕਹਿੰਦੇ ਜਿੰਨਾ ਵੀ ਸਾਰਾ ਦੀਵਾਨ ਸੀ, ਸਾਰਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੀ, ਸਾਰਿਆਂ ਨੇ ਹੱਥ ਖੜੇ ਕਰਤੇ, ਮਹਾਂਪੁਰਸ਼ੋ ਸਾਡੇ ਤੇ ਕਿਰਪਾ ਕਰ ਦਿਓ, ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਅੱਜ ਅਸੀਂ ਆਪਦੇ ਆਪ ਨੂੰ ਸਮਾਰੀ, ਆਪਦੇ ਅੰਦਰ ਝਾੜੂ ਨਹੀਂ ਮਾਰਨਾ, ਲੋਕਾਂ ਦੇ ਘਰਾਂ 'ਚ ਝਾੜੂ ਮਾਰਨਾ ਪਿਆ, ਇਹ ਨਹੀਂ, ਪਹਿਲਾਂ ਆਪਦੇ ਆਪ ਦੇ। ਮਹਾਰਾਜ ਕਹਿੰਦੇ ਥਿਰ ਘਰ ਵੈਸੋ ਹਰ ਜਲ ਪਿਆਰੇ। ਇਹ ਹਰੀ ਦੇ ਜਨ ਕਿਉਂ ਭੱਜਿਆ ਫਿਰਦਾ, ਆਪਦੇ ਘਰ ਦੇ ਵਿੱਚ ਬੈਠ, ਤੇਰੇ ਘਰ ਦੇ ਵਿੱਚ ਕਿੰਨਾ ਕੂੜਾ ਕਰਕਟ ਪਿਆ। ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਗੁਰੂ ਤਾਂ ਇੱਕ ਬਚਨ ਸਾਨੂੰ ਸਮਝਾ ਰਿਹਾ ਭਾਈ, ਪਰ ਗੁਰੂ ਦੇ ਬਚਨਾਂ ਨੂੰ ਅਸੀਂ ਪਛਾਣਿਆ ਨਹੀਂ, ਸੰਸਾਰ ਨੂੰ ਪਛਾਣ ਲਿਆ ਪਰ ਗੁਰੂ ਨੂੰ ਨਹੀਂ ਪਛਾਣਿਆ। ਪਰ ਜਿਨ੍ਹਾਂ ਨੇ ਗੁਰੂ ਨੂੰ ਪਛਾਣ ਲਿਆ, ਸਤਿਗੁਰੂ ਕਹਿੰਦੇ ਗੁਰੂ ਕਾ ਬਚਨ ਬਸੇ ਜੀ ਨਾਲੇ, ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਗਿਆ, ਰੋਮ ਰੋਮ ਦੇ ਵਿੱਚ ਪਰਮਾਤਮਾ ਵਸਦਾ। ਹੁਣ ਸੰਗਤ ਜਾਂਦੀ ਹੈ, ਭਾਈ ਗੁਰਦਾਸ ਜੀ ਪ੍ਰੇਮ ਗਿਆਨ ਦੀ ਅਵਸਥਾ ਹੈ, ਸੰਗਤਾਂ ਦਾ ਐ ਇਕੱਠ ਹੋ ਕੇ ਜਥਾ ਚੱਲੇ ਆ, ਸਿਮਰਨ ਕਰਦੇ ਜਾਂਦੇ ਨੇ, ਕਿੱਥੇ ਆਏ ਬਿਆਸਾ ਦਰਿਆ ਦੀ ਆ ਕੇ, ਆਲੇ ਦਾਲੇ ਕਿਉਂਕਿ ਜੰਗਲ ਹੈ, ਦਿਨ ਸਿਪ ਗਿਆ, ਠੰਡ ਦਾ ਮੌਕਾ ਹੈ, ਹੁਣ ਆਲੇ ਦਾਲੇ ਜਾਨਵਰ ਦਾ ਖਤਰਾ ਹੈ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਬੀਬੀਆਂ ਨੇ, ਸਾਰੇ ਭੈਭੀਤ ਨੇ। ਜਦੋਂ ਦੇਖਿਆ ਦਿਨ ਸਿਪ ਗਿਆ, ਜਿੰਨੇ ਵੀ ਮਲਾਹ ਸੀਗੇ ਬੇੜਿਆਂ ਵਾਲੇ ਆਪੋ ਆਪਦੇ ਘਰਾਂ ਨੂੰ ਚਲੇ ਗਏ, ਬੇੜਿਆਂ ਨੂੰ ਬੰਨ ਕੇ ਪੱਤਣ ਦੇ। ਹੁਣ ਉੱਥੇ ਕੋਈ ਨਾ, ਠਾਠਾਂ ਮਾਰਦਾ ਬਿਆਸਾ ਦਰਿਆ,
ਚਿੰਤਾ ਹੋ ਗਈ, ਜਾਨਵਰ ਦਾ ਖਤਰਾ ਹੈ, ਠੰਡ ਪੈਂਦੀ ਹੈ, ਕੋਈ ਆਲੇ ਦੁਆਲੇ ਕੋਈ ਦਿਸਦਾ ਨਹੀਂ। ਹੁਣ ਸਾਧ ਸੰਗਤ ਭਾਈ ਗੁਰਦਾਸ ਜੀ ਨੂੰ ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੇ ਗੁਰਸਿੱਖੋ, ਤੁਸੀਂ ਤਾਂ ਤੁਹਾਡੀ ਰਸਨਾ 'ਤੇ ਬੜਾ ਆਨੰਦ ਵਰਤਦਾ ਹੈ, ਤੁਸੀਂ ਨਾਮ ਦੇ ਰਸੀ ਹੋ, ਦੇਖੋ ਆਪਣਾ ਕੋਈ ਹੀਲਾ ਕਰੋ, ਆਲੇ ਦੁਆਲੇ ਜੰਗਲ ਹੈ, ਕੋਈ ਜਾਨਵਰ ਆ ਕੇ ਨੁਕਸਾਨ ਕਰ ਦੇਵੇਗਾ, ਸਾਰੇ ਮਲਾਹ ਚਲੇ ਗਏ, ਆਪਾਂ ਹੁਣ ਸੰਤ ਮਹਾਰਾਜ ਨੂੰ ਦੀ ਦਰ 'ਤੇ ਕਿਵੇਂ ਜਾਵਾਂਗੇ, ਦਰਿਆ ਕਿਵੇਂ ਪਾਰ ਕਰਾਂਗੇ। ਭਾਈ ਗੁਰਦਾਸ ਜੀ ਨੇ ਇੱਕ ਪਾਸੇ ਹੋ ਕੇ ਅਰਦਾਸ ਕਰੀ, ਅਰਦਾਸ ਦੇ ਵਿੱਚ ਅਨੁਭਵ ਹੋਇਆ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਗਿਆਨ ਬਖਸ਼ਿਆ, ਮੇਰੇ ਸਤਿਗੁਰੂ ਦੇ ਭੰਡਾਰੇ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ ਇੱਕ ਯਾਦ ਆਇਆ, ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਜੀ ਦਾ ਬਚਨ ਬੋਲੋ, ਸਤਨਾਮ ਸ੍ਰੀ ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਾਲੇ, ਵੇ ਭਾਏ ਨਾ ਸਕੇ ਜਲ। ਸਤਿਗੁਰਾਂ ਦੇ ਪਿਆਰੇ ਭਾਈ ਗੁਰਦਾਸ ਜੀ ਇੰਨੇ ਖੁਸ਼ ਹੋ ਕੇ ਸੰਗਤਾਂ ਦੇ ਕੋਲ ਆਏ, ਸੰਗਤੇ ਮੇਰੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਆਪਾਂ ਨੂੰ ਇੱਕ ਗਿਆਨ ਦੇ ਦਿੱਤਾ, ਗੁਰਬਾਣੀ ਦੇ ਵਿੱਚੋਂ ਆਹ ਸ਼ਬਦ ਦੇਖੋ, ਇਹ ਤਾਂ ਛੋਟਾ ਜਿਹਾ ਦਰਿਆ, ਏਡਾ ਵੱਡਾ ਸੰਸਾਰ ਦਾ ਭਵਸਾਗਰ, ਇਹ ਸਮੁੰਦਰ ਹੈ, ਉਹ ਪਾਰ ਹੋ ਜਾਈਦਾ ਨਾਮ ਦੇ ਬੇੜੇ ਤੇ ਚੜ੍ਹ ਕੇ, ਕਿਉਂ ਨਾ ਆਪਾਂ ਆਓ ਆਪਾਂ ਆ ਪੰਗਤੀ ਪੜ੍ਹੀਏ, ਮੇਰੇ ਪਿੱਛੇ ਪਿੱਛੇ ਆਈ ਜਾਇਓ, ਬਸ ਇਹ ਪੰਗਤੀ ਨਾ ਛੱਡਿਓ, ਇੱਕ ਮਨ ਹੋ ਕੇ ਸਾਰੀਆਂ ਸਿੱਖ ਸੰਗਤਾਂ ਪਿੱਛੇ ਪਿੱਛੇ ਨੇ, ਭਾਈ ਗੁਰਦਾਸ ਜੀ ਨੇ ਇੱਕ ਟੇਕ ਲਈ ਪਰਮਾਤਮਾ ਦੀ, ਗੁਰੂ ਦੀ ਟੇਕ ਲੈ ਕੇ, ਅਸੀਂ ਜਦੋਂ ਟੇਕ ਲੈ ਕੇ ਤੁਰਦੇ ਹਾਂ ਪਿਆਰਿਓ, ਸਾਡੇ ਤਾਂ ਕਾਰਜ ਹੀ ਸੰਭਰ ਜਾਂਦੇ ਨੇ, ਅਸੀਂ ਟੇਕ ਲੈਂਦੇ ਹਾਂ ਕੋਈ ਰਿਸ਼ਤੇਦਾਰ ਦੀ, ਕੋਈ ਚੰਗਾ ਅਵਸਰ ਹੋਵੇ ਉਹਦੀ ਟੇਕ, ਕਿਉਂਕਿ ਉਹ ਸਾਰੀਆਂ ਟੇਕਾਂ ਜਦੋਂ ਸਾਰੇ ਆਸਰੇ ਡੁੱਬ ਜਾਂਦੇ ਨੇ ਨਾ, ਮੁੱਕ ਜਾਂਦੇ ਨੇ, ਫਿਰ ਅਸੀਂ ਗੁਰੂ ਦੇ ਦਰ ਤੇ ਆ ਕੇ ਨਮਸਕਾਰਾਂ ਨੱਕ ਰਗੜਦੇ ਹਾਂ, ਕਿਉਂ ਨਾ ਹੋਵੇ, ਪਹਿਲਾਂ ਹੀ ਮੇਰੇ ਸਤਿਗੁਰੂ ਦੀ ਯਾਦ ਵਿੱਚ ਜੁੜ ਜਾਈ ਸਾਧ ਸੰਗਤ। ਉੱਥੋਂ ਜਦੋਂ ਉਹ ਜਿਹੜਾ ਸਮੁੰਦਰ ਸੀਗਾ, ਜਿਹੜਾ ਦਰਿਆ ਸੀ, ਦਰਿਆ ਦੇ ਪਾਣੀ ਦੇ ਵਿੱਚ ਜਦੋਂ ਭਾਈ ਗੁਰਦਾਸ ਜੀ ਨੇ ਆਪਦਾ ਚਰਨ ਪਾਇਆ, ਹਿਰਦੇ ਦੇ ਨਾਲ ਆਹ ਸ਼ਬਦ ਪੜ੍ਹਦੇ ਨੇ, ਗੁਰ ਕਾ ਬਚਨ ਬਸੇ ਜੀ ਨਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੋਬੇ ਤਸਕਰ ਨਾ ਲੀਵੇ, ਭਾਈ ਨਾ ਸਕੇ ਜਾਲੇ। ਸਾਰੀਆਂ ਸਿੱਖ ਸੰਗਤਾਂ ਲੈਣ ਦੇ ਵਿੱਚ, ਸਾਰੀਆਂ ਸਿੱਖ ਸੰਗਤਾਂ ਭਾਈ ਗੁਰਦਾਸ ਜੀ ਦੇ ਪਿੱਛੇ ਪਿੱਛੇ, ਕਿਉਂਕਿ ਜਦੋਂ ਗੁਰੂ ਦੇ ਨਾਮ ਨਾਲ ਜੁੜੇ ਹੋਏ ਅੰਦਰ ਪ੍ਰਵੇਸ਼ ਹੋਏ, ਉਹ ਦਰਿਆ ਵੀ ਨੀਵਾਂ ਹੋਣ ਲੱਗ ਗਿਆ, ਬੋਲੋ ਸਤਨਾਮ ਸ੍ਰੀ ਵਾਹ, ਪਾਣੀ ਵੀ ਨੀਵਾਂ ਹੋਣ ਲੱਗ ਗਿਆ, ਮੇਰੇ ਸਤਿਗੁਰੂ ਦੀਆਂ ਸੰਗਤਾਂ ਮੇਰੇ ਚ ਪ੍ਰਵੇਸ਼ ਹੋਈਆਂ ਨੇ, ਸ਼ਬਦ ਪੜ੍ਹਦੀਆਂ ਨੇ, ਕਿਉਂ ਨੀ ਮੇਰੇ ਸਤਿਗੁਰੂ ਕਹਿੰਦੇ ਨਾ, ਜਲ ਡੂਬੇ ਨਾ ਅਗਨੀ ਸਾਡੇ ਰੱਬ ਦੇ ਪਿਆਰਿਆਂ ਨੂੰ, ਡੂਬੇ ਨਾ ਅਗਨੀ ਸਾਡੇ ਰੱਬ ਦੇ ਪਿਆਰ
ਸੰਗਤ ਸਾਰੀਆਂ ਸਿੱਖ ਸੰਗਤਾਂ ਭਾਈ ਗੁਰਦਾਸ ਜੀ ਦੇ ਨਾਲ ਉਹ ਸਾਰਾ ਦਰਿਆ ਇੰਨਾ ਡੂੰਘਾ ਦਰਿਆ ਸੀ ਪਾਣੀ ਨੇ ਵੀ ਰਾਹ ਦੇ ਦਿੱਤਾ। ਉਹ ਗੁਰੂ ਦੀਆਂ ਸੰਗਤਾਂ ਖੁਸ਼ੀਆਂ ਭਰਿਆ ਉਹ ਆਨੰਦ ਲੈ ਕੇ ਗੁਰੂ ਦੇ ਚਰਨਾਂ ਚ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕੀ ਨੀ ਕਰਦਾ ਗੁਰੂ ਪਿਆਰੇ ਮੇਰੇ, ਦੁੱਖ ਰੋਗ ਸੰਤਾਪ ਉਤਰੇ ਪਰ ਮਨ ਸੁਣ ਲਵੇ। ਸਰੀਰ ਕਰਕੇ ਆ ਗਏ ਅਸੀਂ ਕਿਉਂਕਿ ਮਨ ਡਰਾਈਵਰ ਹੈ, ਲੈ ਆਇਆ ਹੈ 100-100 ਮੀਲ ਤੋਂ ਲੈ ਕੇ 50-50 ਕਿਲੋਮੀਟਰ ਤੋਂ ਲੈ ਕੇ ਪਿਆਰਿਓ ਇੱਕ ਬਿਲਡਿੰਗ ਨੂੰ ਬਿਲਡਿੰਗ ਦੇ ਵਿੱਚ ਆ ਕੇ ਬਿਠਾ ਦਿੱਤਾ। ਇਹ ਵੀ ਬਿਲਡਿੰਗ ਹੈ, ਦਰਬਾਰ ਹੈ,
ਪਰ ਬਿਲਡਿੰਗ ਦੇ ਵਿੱਚ ਬੈਠਣ ਵਾਲਾ ਕੌਣ ਹੈ? ਇਹ ਕਿਹਨੂੰ ਸੁਣਾ ਰਿਹਾ? ਇਹ ਡਰਾਈਵਰ ਨੂੰ ਸੁਣਾ ਰਿਹਾ। ਡਰਾਈਵਰ ਕੌਣ ਹੈ? ਮਨ। ਸਾਰੀ ਗੁਰਬਾਣੀ 1430 ਅੰਗ ਸਾਡੇ ਮਨ ਨੂੰ ਕਹਿ ਰਹੇ, ਮਨ ਤੂੰ ਜੋਤ ਸਰੂਪ ਹੈ ਭਾਈ, ਆਪਣਾ ਮੂਲ ਪਛਾਣ। ਗੁਰਬਾਣੀ ਸਾਰੀ ਸਾਨੂੰ ਆਪਣੇ ਮੂਲ ਦੇ ਨਾਲ ਹੀ ਜੋੜਦੀ, ਕਿਉਂਕਿ ਇੱਕ ਬਿਰਸ਼ ਨਾਲ ਸੋਹਣਾ ਹਰਿਆਵਲ ਹੈ, ਬਿਰਸ਼ ਨਾਲ ਜੁੜਿਆ ਹੋਇਆ, ਪੱਤੇ ਜੁੜੇ ਨੇ, ਟਾਹਣੀਆਂ ਜੁੜੀਆਂ, ਟਾਹਣੀ ਲਹਿਕਦੀ ਹੈ। ਸਾਧ ਸੰਗਤ ਹਨੇਰੀ ਆਈ ਚੱਖੜ ਆਇਆ, ਫਿਰ ਕੀ ਹੋਇਆ? ਟਾਹਣੀ ਟੁੱਟ ਗਈ। ਟੁੱਟੀ ਹੋਈ ਟਾਹਣੀ ਕਿੱਧਰ ਗਈ? ਵਰਜਾ ਗਈ। ਕਦੇ ਚਿੱਕੜ 'ਚ ਡਿੱਗਦੀ ਹੈ, ਕਦੇ ਟੋਏ 'ਚ ਡਿੱਗਦੀ ਹੈ। ਜਾਣ ਵਾਲਾ ਰਾਹੀ ਕਹਿੰਦੇ, ਟਾਹਣੀਏ ਮੈਂ ਕੁਛ ਸਮਾਂ ਤੈਨੂੰ ਵੇਖਿਆ ਸੀ, ਬੜੀ ਟਹਿਕਦੀ ਸੀ, ਹਰਿਆਵਲ ਦੇ ਵਿੱਚ ਝੂਟੇ ਲੈਂਦੀ ਸੀ, ਪਰ ਆਹ ਤੇਰਾ ਕੀ ਹਾਲ ਹੋ ਗਿਆ? ਕਹਿੰਦੀ, ਪੁੱਛਣ ਵਾਲਿਆ ਮੈਂ ਆਪਦੇ ਮੂਲ ਨਾਲ ਟੁੱਟ ਗਈ। ਬੋਲੋ ਸਤਨਾਮ ਸਿੰਘ। ਪਰਮਾਤਮਾ ਕਿਰਪਾ ਕਰੇ, ਸਾਨੂੰ ਆਪਦੇ ਨਾਲ ਜੋੜ ਕੇ ਰੱਖੇ। ਅਸੀਂ ਇਸ ਸੰਸਾਰ ਦੇ ਵਿੱਚ ਹਰੇ ਭਰੇ ਜੀਵਨ ਨਾਲ ਇਹ ਜੀਵਨ ਤੋਂ ਲਾਹਾ ਲੈ ਲਈਏ, ਕਿਉਂਕਿ ਪ੍ਰਾਣੀ ਆਇਓ ਲਾਹਾ ਲੈ ਭਾਈ, ਅਸੀਂ ਲਾਹਾ ਲੈਣ ਵਾਸਤੇ। ਇਹ ਸਾਰੀ ਗੁਰਬਾਣੀ ਸਾਨੂੰ ਲਾਹਾ ਲੈਣ ਵਾਸਤੇ, ਬਣਜ ਕਰੋ ਬਣ ਜਾ ਰਹੇ ਹੋ। ਅਸੀਂ ਕਹਿੰਦੇ, ਬਾਬਾ ਅਸੀਂ ਬਣ ਜਾ ਰਹੇ ਕਹਿੰਦੇ, ਸਾਡੇ ਕੋਲ ਨਾ ਲੈ ਕੇ ਗਿਆ ਨਾ ਲੈ ਕੇ ਜਾਣ ਹੈ। ਨਹੀਂ ਭਾਈ, ਤੁਹਾਡੇ ਕੋਲ ਬੜਾ ਕੀਮਤੀ ਤਾਂ ਹੈ, ਖੀਰੇ ਲਾ ਲਾ ਦੋ ਮਹਿੰਗੇ, ਪਰ ਗਿਆਨ ਨਹੀਂ ਹੈ। ਇਹੀ ਸਵਾਸ ਪੂੰਜੀ ਉਹ ਮਹਾਨ ਧਨ ਹੈ। ਇਹਦੇ ਬਾਰੇ ਚੌਕਸ ਕਰਦੇ ਨੇ ਸਤਿਗੁਰੂ, ਭਾਈ ਬਣਜ ਕਰੋ ਬਣ ਜਾ ਰਹੇ ਹੋ, ਵੱਖਰ ਲਿਓ ਸਮਾ, ਤੈਸੀ ਬਸਤ ਵਸਾਈਏ ਜੈਸੀ ਨਿਵ ਹੈ। ਇਹੀ ਹੈ ਗੁਰਬਾਣੀ ਦਾ ਨਿਚੋੜ ਭਾਈ। ਮੇਰੇ ਸਤਿਗੁਰ ਕਿਰਪਾ ਕਰਨ, ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਉਹ ਮਹਾਨ ਧਨ ਵਰਤਾਇਆ, ਸਾਨੂੰ ਹਰਿਆਵਲ ਦਿੱਤੀ ਹੈ, ਸਾਨੂੰ ਜੀਵਨ ਬਖਸ਼ਿਆ, ਚੋਰਾਂ ਨੂੰ ਸਾਧ ਬਣਾ ਦਿੱਤਾ, ਵਿਕਾਰੀ ਪੁਰਸ਼ਾਂ ਨੂੰ ਐਸਾ ਇੱਕ ਜੀਵਨ ਗੁਰੂ ਨਾਨਕ ਦੇ ਨਾਮ ਨਾਲ ਜੋੜ ਦਿੱਤਾ, ਸੰਤ ਬਣਾ ਦਿੱਤਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਵਰਤਾਇਆ, ਨਾਮ ਦੇ ਜ਼ਰੀਏ ਸੱਜਣ ਕੋਲ ਗਏ, ਸੱਜਣ ਨੂੰ ਇੱਕ ਬਚਨ ਕੀਤਾ, ਪਰ ਉਹ ਬਚਨ ਕਮਾ ਲਿਆ ਸੱਜਣ ਨੇ। ਅੱਜ ਸੱਜਣ ਠੱਗ ਤੋਂ ਸੱਜਣ ਸੰਤ ਬਣ ਗਏ। ਭੂਮੀਆਂ ਚੋਰ ਤੋਂ ਤਿੰਨ ਸ਼ਬਦ ਕਹੇ ਤੇ ਮਹਾਰਾਜ ਕਹਿੰਦੇ, ਭੂਮੀਆਂ ਚੋਰੀ ਕਰ ਲਈ ਪਰ ਤਿੰਨ ਬਚਨ ਮੰਨ ਲਈ। ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕੀ, ਸੱਚ ਬੋਲੀ ਨਮਕ ਖਾ ਕੇ ਹਰਾਮ ਨਾ ਕਰੀ। ਸਾਧ ਸੰਗਤ ਇੱਕ ਬਚਨ ਕਿਹਾ ਗਰੀਬ ਮਾਨ, ਉਹ ਬਚਨ ਹਿਰਦੇ 'ਚ ਵਸਾ ਲੇ, ਅੱਜ ਭੂਮੀਆਂ ਸੰਤ ਬਣ ਗਏ। ਆਓ ਪਿਆਰਿਓ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜੁੜੇ ਹੋਏ, ਮਨ ਜੁੜ ਜਾਵੇ ਸੱਚੇ ਪਾਤਸ਼ਾਹ। ਸਤਿਗੁਰੂ ਦੀ ਗੋਦ ਵਿੱਚ ਬੈਠ ਕੇ, ਕਿਉਂਕਿ ਕੀਰਤਨ ਸੰਪੂਰਨ ਹੋਇਆ, ਜਿੰਨਾ ਸਮਾਂ ਸਤਿਗੁਰੂ ਨੇ ਬਖਸ਼ਿਆ, ਹੁਕਮ ਹੋਇਆ ਅਨੰਦ ਸਾਹਿਬ ਜੀ ਦੇ ਪਾਠ, ਸਤਿਗੁਰੂ ਜੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਉਸ ਘੜੀਆਂ ਸਫਲ ਹੋਈਆਂ ਨੇ ਸੱਚੇ ਪਾਤਸ਼ਾਹ। ਕਿਰਪਾ ਕਰਨ, ਇਹ ਘੜੀ ਦੇ ਵਿੱਚੋਂ ਸਾਨੂੰ ਉਹ ਮਹਾਨ ਦਾਤ ਬਖਸ਼ ਦਿਓ, ਕਿਰਪਾ ਇੱਕ ਜਿਸ ਜੀਵ ਸਾਵੇ ਤਾਂ ਕਿ ਮੈਂ। ਆਓ ਸਾਰੀਆਂ ਆਉਣ ਵਾਲੇ ਮਹਾਂਪੁਰਸ਼ਾਂ ਦਾ ਸਭ ਦਾ ਸਤਿਕਾਰ ਜੀ ਆਇਆ, ਕਿਉਂਕਿ
ਮਹਾਂਪੁਰਸ਼ਾਂ ਨੇ ਐਡਾ ਪਿਆਰ ਵਰਤਾਇਆ, ਸਾਰੀ ਜ਼ਿੰਦਗੀ ਪਿਆਰ ਵਰਤਾਇਆ, ਇਹ ਪਿਆਰ ਵੱਧਦੀ ਜਾਂਦਾ। ਨਿਮਰਤਾ ਦੇ ਪੁੰਜ ਸੀਗੇ ਉਹ, ਨਿਮਰਤਾ ਐਸੀ ਨਿਮਰਤਾ ਕਦੇ ਕੋਈ ਕੌੜਾ ਸ਼ਬਦ ਨਹੀਂ ਬੋਲਿਆ। ਅਣਥੱਕ ਜੀਵਨ ਸਤਸੰਗ ਇਹ ਕਿਵੇਂ ਮਿਲਦਾ ਹੈ? ਉਸ ਮਾਲਕ ਦੀ ਕਿਰਪਾ ਹੁੰਦੀ ਹੈ, ਸੰਤ ਮਹਾਰਾਜ ਜੀ ਦੀ ਕਿਰਪਾ ਹੋਈ। ਇਹ ਧਨ ਉਹ ਨਾਮ ਦਾ ਧਨ ਵਰਤਾਇਆ, ਸੇਵਾ ਔਰ ਸਿਮਰਨ ਇਹ ਕਿਹੜੇ ਵੈਕੁੰਠ ਬਣਾ ਦਿੱਤੇ, ਕਿਹੜੇ ਕਿਹੜੇ ਮਹਾਨ ਦਰਬਾਰ ਬਣਾਏ। ਸੰਗਤਾਂ ਆਉਂਦੀਆਂ ਨੇ ਹਰ ਰੋਜ਼ ਇਸ ਧਨ ਨਾਲ ਜੁੜੇ ਹੋਏ ਹੋ, ਗੁਰੂ ਨਾਨਕ ਦੇ ਸ਼ਬਦ ਨਾਲ ਜੁੜ ਕੇ ਇਸ ਜੀਵਨ ਨੂੰ ਆਪਾਂ ਸਫਲ ਲਈਏ। ਆਓ ਸਾਰੀਆਂ ਸਿੱਖ ਸੰਗਤਾਂ ਅਨੰਦ ਸਾਹਿਬ ਜੀ ਦੇ ਪਾਠ ਤੇ ਸਤਿਗੁਰੂ ਜੀ ਦੀ ਪਾਵਨ ਬੇਦੀ ਖੁਸ਼ੀ ਦੇ ਆਪਾਂ ਉਹ ਅਨੰਦ ਸਿੱਖੋ। ਸ਼ਬਦ ਪਿਆਰੇ ਜਨਮ ਮਰਨ ਕੀ ਮੁਖ ਉਜਲ ਸਦਾਸ ਨਾਨਕ ਸਿਮਰ ਤੇਗ ਰਾਮ ਕਲੀ ਮਹਲਾ ਤੀਜਾ ਅਨੰਦੀ ਓਕਾਰ ਸਤਿਗੁਰ ਪ੍ਰਸਾਦ ਅਨੰਦ ਮਿਆ ਮੇਰੀ ਮਾਏ ਸਤਿਗੁਰੂ ਮੇ ਮਾਇਆ ਮੇਰੀ ਨਾਨਕ ਸੁਣੋ ਸੰਤ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।